ਆ ਜਿਹੜੀ ਮਾਂ ਗੁਲਾਬੋ ਬਣਦੀ ਮਾਸੀ ਨਿਰਮਲ ਰਿਸ਼ੀ, ਇਹਦਾ ਜਿਹੜਾ ਡੈਬੂ ਸੀ ਪਹਿਲੀ ਐਂਟਰੀ ਮੈਂ ਕਰਵਾਈ। ਉਦਾਸ ਮਾਂ ਨੂੰ ਮੈਂ ਕਿਹਾ ਵੀ ਜਾ ਕੇ ਹੁਣ ਬੰਬੇ ਗਾਉਣਾ ਹੈ ਵਿਸਾਖੀ 'ਚ, ਕਹਿੰਦੇ ਮੈਂ ਤਾਂ ਕੁੜੀ ਨਾਲ ਗਾਉਣਾ ਨਹੀਂ। ਉਹ ਮੈਂ ਕਿਹਾ ਕਮਰੇ ਆ, ਉਹਨਾਂ ਨੇ ਮੰਗਿਆ ਜੋ ਗਾਣਾ ਅੱਗੇ ਰਿਵਾਜ਼ ਸੀ ਕੁੜੀ ਦੇ ਨਾਲ ਗਾਓ, ਅਤੇ ਤੇਰਾ ਇੱਕ ਗਾਣਾ ਇਹਦੇ ਨਾਲ ਹੋਣਾ, ਬਾਕੀ ਤੇਰੀ ਬੱਲੇ ਬੱਲੇ ਹੋਣੀ ਹੈ। 94 ਸਾਲ ਦੀ ਉਮਰ ਦੇ ਵਿੱਚ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜ਼ਿਆ ਜਾਣਾ ਹੈਗਾ। ਤੁਸੀਂ ਇਹ ਦੇਖੋ ਕਿ 22 ਸਾਲ ਹੋ ਗਏ ਕੰਪਲੀਟ ਸਾਨੂੰ ਪਟਿਆਲੇ ਦੇ ਵਿੱਚ ਥੀਏਟਰ ਕਰਦਿਆਂ ਨੂੰ ਹਰ ਮਹੀਨੇ ਪਹਿਲਾ ਐਤਵਾਰ। ਹੁਣ ਤਾਂ ਭਾਈ ਟੈਲੀਵਿਜ਼ਨ ਨੇ ਆ ਕੇ ਔਰ ਮੋਬਾਈਲ ਦੇਖੋ ਤਾਂ ਛੋਟਾ ਟੈਲੀਵਿਜ਼ਨ ਜੇਬ 'ਚ ਪਾਈ ਫਿਰਦੇ, ਹਰ ਵੇਲੇ ਜੋ ਮਰਜ਼ੀ ਦੇਖ ਲਓ। ਸੁਨੀਤਾ ਜੀ ਕਹਿਣ ਲੱਗੇ ਜੀ ਆਹ ਹੁਣ ਤੁਸੀਂ ਜਾ ਕੇ ਫਸਟ ਸੰਡੇ ਕਰਨਾ ਥੀਏਟਰ, ਐਡੀਸ਼ਨ 'ਚ ਕੌਣ ਆਊਗਾ, ਐਡੀਸ਼ਨ 'ਚ ਲੋਕ ਹੀ ਨਹੀਂ ਆਉਂਦੇ। ਮੈਂ ਕਿਹਾ ਲੋਕ ਵੀ ਆਉਣਗੇ, ਅਸੀਂ ਲੋਕਾਂ ਦੀ ਸੇਵਾ ਵਾਸਤੇ ਅਸੀਂ ਆ ਬ੍ਰੈਡ ਪਕੌੜੇ ਅਤੇ ਚਾਹ ਦਾ ਇੰਤਜ਼ਾਮ ਵੀ ਕੀਤਾ ਹੈ। ਤੁਹਾਨੂੰ ਲੱਗਦਾ ਥੋੜ੍ਹਾ ਜਿਹਾ ਦੇਰ ਹੋ ਗਈ ਹੈ ਪਦਮ ਸ਼੍ਰੀ ਅਵਾਰਡ ਮਿਲਣ ਨੂੰ? ਹੁਣ ਮਿਲ ਗਿਆ, ਜਿਹਦੇ ਜੀ ਤਾਂ ਮਿਲ ਗਿਆ, ਮਰੋ ਉਪਰਾਂਤ ਤਾਂ ਨਹੀਂ ਮਿਲਿਆ ਨਾ, ਗੱਲ ਤਾਂ ਹੈ। ਸਭ ਤੋਂ ਪਹਿਲਾਂ ਵਾਈਫ ਨੇ ਰਾਮਾਇਣ ਨਾਟਕ ਪਹਿਲੀ ਵਾਰੀ ਪੰਜਾਬੀ 'ਚ ਨਾਟਕ ਲਿਖਿਆ। ਅਨਾਥ ਆਲਿਆਂ ਦੇ ਬੱਚਿਆਂ ਨੂੰ ਵੀ ਮੈਂ ਕਰਵਾਇਆ ਨਾਟਕ, ਬੱਚਿਆਂ ਨੂੰ ਹੱਸਣਾ ਤੱਕ ਨਹੀਂ ਸੀ ਆਉਂਦਾ, ਬੱਚਿਆਂ ਨੂੰ ਮੈਂ ਹੱਸਣਾ ਸਿਖਾਇਆ। ਦੇਖੋ ਜੀ ਜਿਹੜਾ ਅਵਾਰਡ ਮਿਲਿਆ ਇਹ ਇਹਨਾਂ ਨੂੰ ਮਿਲਿਆ, ਸਮਝੋ ਮੈਨੂੰ ਵੀ ਮਿਲਿਆ, ਮੈਨੂੰ ਬੜੀ ਖੁਸ਼ੀ ਹੋਈ ਹੈ। ਅਕਸਰ ਕਿਹਾ ਜਾਂਦਾ ਹੈਗਾ ਦੇਰ ਆਏ ਦਰੁਸਤ ਆਏ, ਜੀ ਹਾਂ ਅਸੀਂ ਪਹੁੰਚੇ ਹੈਗੇ ਹਾਂ ਪ੍ਰਾਨ ਸੱਭਰਵਾਲ ਸਾਹਿਬ ਕੋਲ, ਜੋ ਕਿ ਜਿਹੜੇ ਲੰਮੇ ਸਮੇਂ ਤੋਂ ਜਿਹੜੇ ਨੇ ਉਹ ਨਾਟਕਾਂ ਦੇ ਵਿੱਚ ਆਪਣਾ ਕਿਰਦਾਰ ਤਾਂ ਨਿਭਾਉਂਦੇ ਆਏ ਨੇ, ਕਈ ਇਹਨਾਂ ਨੇ ਰੰਗ ਮੰਚ 'ਤੇ ਰੰਗ ਕਰਮੀ ਪੈਦਾ ਕਰੇ ਨੇ, ਕਈ ਇਹਨਾਂ ਨੇ ਨਾਟਕਕਾਰ ਦੀ ਗੱਲ ਕਰੀ ਜਾਵੇ, ਕਲਾਕਾਰ ਦੀ ਗੱਲ ਕਰੀ ਜਾਵੇ, ਉਹ ਪੈਦਾ ਕਰੇ ਨੇ। ਸੋ ਡੇਲੀ ਪੋਸਟ ਦੇਖ ਰਹੇ ਪੰਜਾਬੀ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਭਾਰਤ ਭੂਸ਼ਣ, ਸਾਡੇ ਨਾਲ ਮੌਜੂਦ ਨੇ ਪ੍ਰਾਨ ਸੱਭਰਵਾਲ ਅਤੇ ਉਹਨਾਂ ਦੇ ਧਰਮ ਪਤਨੀ ਸਾਡੇ ਨਾਲ ਮੌਜੂਦ ਨੇ। ਸੋ ਗੱਲਬਾਤ ਕਰਦੇ ਹੈਗੇ ਪ੍ਰਾਨ ਸੱਭਰਵਾਲ ਸਾਹਿਬ ਨਾਲ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇੱਕ ਅਵਾਰਡ ਪਦਮ ਸ਼੍ਰੀ ਅਵਾਰਡ ਜਿਹੜਾ ਹੈਗਾ ਇਹਨਾਂ ਨੂੰ 94 ਸਾਲ ਦੀ ਉਮਰ ਦੇ ਵਿੱਚ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜ਼ਿਆ ਜਾਣਾ ਹੈਗਾ, ਉਹ ਲਿਸਟ ਦੇ ਵਿੱਚ ਨਾਮ ਆਇਆ। ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਪ੍ਰਾਨ ਸੱਭਰਵਾਲ ਸਾਹਿਬ ਤੁਹਾਨੂੰ। ਬਹੁਤ ਬਹੁਤ ਸ਼ੁਕਰੀਆ, ਇਹ ਮੈਂ ਸਮਝਦਾ ਕਿ ਤੁਹਾਡੇ ਲੋਕਾਂ ਦੀਆਂ ਦੁਆਵਾਂ, ਤੁਸੀਂ ਸਾਡੇ ਕੰਮ ਨੂੰ ਮਤਵਾਤਰ ਵਾਚ ਕਰ ਰਹੇ ਹੋ ਔਰ ਤੁਹਾਡੀ ਜਿਹੜੀ ਇਹ ਖਾਹਿਸ਼ਾਤ ਹੈ ਸੀਸਾਂ ਉਹਦਾ ਨਤੀਜਾ ਹੋਇਆ, ਮੈਨੂੰ ਇਹ ਸਾਰਾ ਸ਼ਾਬਾਸ਼ ਮਿਲੀ ਹੈ ਜਿਹੜੀ, ਤਾਂ ਮੈਨੂੰ ਅੱਜ ਖੁਸ਼ੀ ਹੈ ਕਿ ਤੁਸੀਂ ਅੱਜ ਮੇਰੇ ਕੋਲ ਚੈਨਲ ਵੱਲੋਂ ਤੁਸੀਂ ਤਸ਼ਰੀਫ ਲਿਆਏ ਹੋ। ਤੋ ਮੈਂ ਸਿਰਫ ਜਨਤਾ ਦਾ, ਜਿਹੜੀ ਆਡੀਅੰਸ ਮੈਨੂੰ ਸ਼ਾਬਾਸ਼ ਦਿੰਦੀ ਰਹੀ ਹੈ, ਮੇਰੀਆਂ ਫਿਲਮਾਂ ਵੀ ਅਵਾਰਡ ਵਿਨਿੰਗ ਫਿਲਮਾਂ 4 ਐਸੀਆਂ ਸੀਗੀਆਂ, ਬਾਕੀ ਤਾਂ ਬਹੁਤ ਕੀਤੀਆਂ, ਉਹ ਵੀ ਜਿਹੜੇ ਸਾਮੀਨ ਜਿਨ੍ਹਾਂ ਨੇ ਸਾਨੂੰ ਸ਼ਾਬਾਸ਼ ਦਿੱਤੀ ਦੇਖੀਆਂ, ਜਿਹਦੇ 'ਚ ਸਾਡੀ ਚੰਨ ਪਰਦੇਸੀ ਪਹਿਲੀ ਫਿਲਮ ਸੀਗੀ ਅਵਾਰਡ ਵਿਨਿੰਗ, ਮੜੀ ਦਾ ਦੀਵਾ ਵੀ ਅਵਾਰਡ ਵਿਨਿੰਗ ਸੀ, ਉਹ 'ਚ ਵੀ ਮੈਂ ਹੈਗਾ, ਸ਼ਹੀਦ ਆਜ਼ਮ ਅੱਜ ਅਸੀਂ ਸ਼ਹੀਦ ਭਗਤ ਸਿੰਘ, ਦੂਸਰਾ ਸ਼ਹੀਦ ਊਧਮ ਸਿੰਘ, ਫਿਰ ਪਹਿਲੀ ਸਿਨੇਮਾ ਸਕੋਪ ਫਿਲਮ ਸੀ ਵੈਰੀ ਜੱਟ, ਇੱਥੇ ਸਰਦਾਰਾ ਕਰਤਾਰਾ, ਇਹੋ ਜਿਹੀਆਂ ਜਿਹੜੀਆਂ ਫਿਲਮਾਂ ਕਾਫੀ ਸੀਗੀਆਂ ਜਿਹਦੇ 'ਚ ਮੈਂ ਕੰਮ ਕੀਤਾ। ਤੋ ਥੀਏਟਰ ਤਾਂ ਸਾਡਾ, ਤੁਸੀਂ ਇਹ ਦੇਖੋ ਕਿ 22 ਸਾਲ ਹੋ ਗਏ ਕੰਪਲੀਟ ਸਾਨੂੰ ਪਟਿਆਲੇ ਦੇ ਵਿੱਚ ਥੀਏਟਰ ਕਰਦਿਆਂ ਨੂੰ ਹਰ ਮਹੀਨੇ ਪਹਿਲਾ ਐਤਵਾਰ, 256 ਮਹੀਨੇ ਹੋ ਗਏ ਅਸੀਂ ਥੀਏਟਰ ਕਰਦੇ ਹਾਂ ਜਾ ਕੇ ਸੈਰ ਕਰਨ ਵਾਲਿਆਂ ਵਾਸਤੇ,
ਤਾਂ ਅਸੀਂ ਵਰਕਸ਼ਾਪ ਲਾਉਂਦੇ ਹਾਂ ਭਾਰਤ ਭੂਸ਼ਣ ਜੀ ਜਿਹੜੀ ਇਹ ਦੇਖੋ ਵਰਕਸ਼ਾਪ ਹੁਣ ਅਸੀਂ ਵਿੰਟਰ ਥੀਏਟਰ ਵਰਕਸ਼ਾਪ ਲਾਈ ਹੈ ਇਹ 42ਵੀਂ ਸਾਡੀ ਥੀਏਟਰ ਵਰਕਸ਼ਾਪ ਸੀ ਔਰ ਇਸ ਵਰਕਸ਼ਾਪ ਦੇ ਵਿੱਚ ਅਸੀਂ ਡਰਾਮਾ ਸਿਖਾਈਦਾ ਕਰੈਕਟਰ ਬਿਲਡਿੰਗ ਚਰਿੱਤਰ ਉਸਾਰੀ ਦੇ ਬਾਰੇ ਉਹਨੂੰ ਸਿਖਾਈਦਾ ਸਮਝਾਈਦਾ ਔਰ ਫਿਰ ਇਹਨਾਂ ਤੋਂ ਡਰਾਮਾ ਤਿਆਰ ਕਰਵਾ ਕੇ ਅਸੀਂ ਥਾਂ ਥਾਂ 'ਤੇ ਸਕੂਲਾਂ 'ਚ ਇੰਸਟੀਟਿਊਸ਼ਨ 'ਚ ਸੀਨੀਅਰ ਸਿਟੀਜ਼ਨ ਦੇ ਵਿੱਚ ਬਿਰਧ ਆਸ਼ਰਮ 'ਚ ਇਹਨਾਂ ਨੂੰ ਸਕੂਲਾਂ 'ਚ ਦਿਖਾਈਦੇ ਨਾਟਕ ਤਾਂ ਅਸੀਂ ਸਾਨੂੰ ਮੇਰਾ 70 ਸਾਲ ਹੋ ਗਿਆ ਥੀਏਟਰ ਨਾਲ ਜੁੜਿਆ ਨੂੰ ਸਰ 70 ਸਾਲ ਦੀ ਗੱਲ ਕਰ ਰਹੇ ਹੋ ਥੀਏਟਰ ਦੇ ਨਾਲ ਜੁੜੇ ਹੋਏ ਪਹਿਲਾਂ ਦੇ ਥੀਏਟਰ ਅਤੇ ਅੱਜ ਦੇ ਥੀਏਟਰ ਦੇ ਵਿੱਚ ਕਿੰਨਾ ਕੁ ਫਰਕ ਦਿਖ ਰਿਹਾ ਹੈਗਾ ਜਾਂ ਥੀਏਟਰ ਕਹਿੰਦੇ ਆ ਕਿ ਅਲੋਪ ਹੀ ਹੁੰਦਾ ਜਾ ਰਿਹਾ ਹੈਗਾ ਪਿਛਲੇ ਕਾਰਨ ਕੀ ਨੇ ਸਰ ਕਿਉਂਕਿ ਇੱਕ ਪਾਸੇ ਪਹਿਲਾਂ ਜਿਹੜਾ ਥੀਏਟਰ ਇਹੋ ਜਿਹਾ ਹੁੰਦਾ ਸੀਗਾ ਲੋਕ ਟਿਕਟਾਂ ਦੇਖ ਕੇ ਮੁੱਲ ਖਰੀਦ ਕੇ ਥੀਏਟਰ ਨੂੰ ਦੇਖਣ ਜਾਂਦੇ ਹੁੰਦੇ ਸੀਗੇ ਸੋ ਲੱਗਦਾ ਹੈਗਾ ਕਿ ਥੀਏਟਰ ਥੋੜ੍ਹਾ ਜਿਹਾ ਅੱਜ ਕੱਲ੍ਹ ਡਾਊਨਫਾਲ 'ਤੇ ਚੱਲ ਰਿਹਾ ਗੱਲ ਇਹ ਜੀ ਪਹਿਲੇ ਥੀਏਟਰ ਔਰ ਹੁਣ 'ਚ ਵਾਕਈ ਫਰਕ ਇਸ ਕਰਕੇ ਹੈ ਕਿ ਪਹਿਲਾਂ ਤਾਂ ਥੀਏਟਰ ਹੀ ਥੀਏਟਰ ਸਭ ਕੁਝ ਹੁੰਦਾ ਸੀ ਉਸ ਤਰ੍ਹਾਂ ਸਵਾਏ ਫਿਲਮਾਂ ਦੇ ਉਸ ਫਿਲਮਾਂ 'ਚ ਵੀ ਤੁਸੀਂ ਜਿੱਦਾਂ ਕੀ ਆ ਕੱਪੜੇ ਪਾੜਦੇ ਹੁੰਦੇ ਸੀ ਟਿਕਟਾਂ ਲੈਣ ਲਈ ਇੰਨਾ ਉਤਸ਼ਾਹ ਹੁੰਦਾ ਸੀ ਹੋਰ ਕੋਈ ਮਾਧਿਅਮ ਨਹੀਂ ਸੀ ਹੁਣ ਤਾਂ ਭਾਈ ਟੈਲੀਵਿਜ਼ਨ ਨੇ ਆ ਕੇ ਔਰ ਮੋਬਾਈਲ ਦੇਖੋ ਤਾਂ ਛੋਟਾ ਟੈਲੀਵਿਜ਼ਨ ਜੇਬ 'ਚ ਪਾਈ ਫਿਰਦੇ ਹਰ ਵੇਲੇ ਜੋ ਮਰਜ਼ੀ ਦੇਖ ਲਓ ਗੂਗਲ ਤੁਹਾਨੂੰ ਮਦਦ ਕਰਦਾ ਉਹਨਾਂ ਦਿਨਾਂ 'ਚ ਸਿਰਫ ਸਾਧਨ ਜਿਹੜਾ ਸੀ ਸਟੇਜ ਸੀਗੀ ਥੀਏਟਰ ਸੀ ਲੋਕ ਹਜ਼ਾਰਾਂ ਦੇ ਲੋਕ ਜਾ ਕੇ ਦੇਖਦੇ ਸੀ ਸ਼ੌਕ ਨਾਲ ਦੇਖਦੇ ਸੀ ਹੁਣ ਵੀ ਇਹ ਲਾਈਵ ਥੀਏਟਰ ਨੂੰ ਸ਼ੌਕ ਨਾਲ ਦੇਖਦੇ ਆ ਪਰ ਘੱਟ ਇਸ ਕਰਕੇ ਗਿਆ ਕਿ ਸਾਡਾ ਦੁਸ਼ਮਣ ਆਹ ਮੋਬਾਈਲ ਸਾਡਾ ਟੈਲੀਵਿਜ਼ਨ ਜਿਹੜਾ ਲੋਕ ਘਰਾਂ 'ਚ ਬੈਠ ਕੇ ਦੇਖਦੇ ਆ ਉਹ ਕਹਿੰਦੇ ਸਾਨੂੰ ਕੀ ਜ਼ਰੂਰਤ ਹੈ ਅਸੀਂ ਬਾਹਰ ਧੱਕੇ ਖਾਈਏ ਮਗਰ ਜਿਨ੍ਹਾਂ ਦਾ ਸ਼ੌਕ ਹੈ ਲਾਈਵ ਥੀਏਟਰ 'ਚ ਜੋ ਤਾਕਤ ਹੈ ਜੋ ਤੁਸੀਂ ਵਾਈਬ੍ਰੇਸ਼ਨ ਪਾਤਰਾਂ ਦਾ ਔਰ ਆਡੀਅੰਸ ਦਾ ਮੇਲ ਹੁੰਦਾ ਉਹਦਾ ਜੋ ਮਜ਼ਾ ਹੈ ਜਾਂ ਉਹਦਾ ਆਨੰਦ ਹੈ ਉਹ ਹੋਰ ਹੀ ਹੈ ਤਾਂ ਲਾਈਵ ਥੀਏਟਰ ਦੀ ਬੜੀ ਮੌਜੂਦਗੀ ਹੈ ਸਰਕਾਰਾਂ ਵੀ ਕੋਸ਼ਿਸ਼ ਕਰ ਰਹੀਆਂ ਪਰ ਇਹ ਹੈ ਕਿ ਕਲਾਕਾਰ ਆਪਣੀ ਹਿੰਮਤ ਕਰ ਰਿਹਾ ਆਪਣੇ ਆਪਣੇ ਬਲ ਬੂਤੇ 'ਤੇ ਚੱਲ ਰਹੇ ਆ ਜਿਹਦੇ ਕਰਕੇ ਥੀਏਟਰ ਜ਼ਿੰਦਾ ਹੈ ਔਰ ਜ਼ਿੰਦਾ ਦਾ ਮਤਲਬ ਸਿਰਫ ਸਾਹ ਹੀ ਲੈ ਰਿਹਾ ਇਹਨੂੰ ਤਕੜਾ ਰੱਖਣ ਦੀ ਲੋੜ ਹੈਗੀ ਆ ਉਹ ਸਰਕਾਰਾਂ ਦਾ ਫਰਜ਼ ਹੈ ਆਡੀਅੰਸ ਜਿਹੜੀ ਨਾਲ ਜੁੜੇ ਅਤੇ ਫਿਰ ਇਹ ਥੀਏਟਰ ਮਜ਼ਬੂਤ ਰਹੇਗਾ ਮਗਰ ਸ਼ਾਬਾਸ਼ ਹੈ ਰੰਗਕਰਮੀਆਂ ਦੇ ਆ ਕੁਛ ਸੰਸਥਾਵਾਂ ਹੈ ਜਿਹੜੀਆਂ ਸੰਸਕ੍ਰਿਤੀ ਵਿਭਾਗ ਭਾਰਤ ਦਾ ਇਹ ਵੀ ਕੰਮ ਕਰ ਰਿਹਾ ਸੰਗੀਤ ਨਾਟਕ ਅਕੈਡਮੀ ਸਾਡੀ ਪੰਜਾਬ ਦੀ ਹੈ ਇਹ ਵੀ ਜ਼ੋਰ ਲਾ ਰਹੀ ਹੈ ਅਤੇ ਤਾਂ ਹੀ ਕਰਕੇ ਜ਼ਿੰਦਾ ਔਰ ਲੋਕਾਂ ਨੂੰ ਹੁਣ ਉਗਾਰਾ ਮਿਲਣਾ ਸ਼ੁਰੂ ਹੋ ਗਿਆ ਆਡੀਅੰਸ ਕ੍ਰੀਏਟ ਹੋਣੀ ਸ਼ੁਰੂ ਹੋ ਗਈ ਤਾਂ ਇਸ ਕਰਕੇ ਸੁਨੀਤਾ ਸਭਰਵਾਲ ਅਤੇ ਮੈਂ ਦੇਖੋ ਤੁਸੀਂ ਜਿੰਨੀਆਂ ਵਿਸ਼ਵ ਕਾਨਫਰੰਸਾਂ ਹੋਈਆਂ ਬਾਹਰ ਅਸੀਂ ਉੱਥੇ ਜਾ ਕੇ ਵੀ ਥੀਏਟਰ ਕਰਦੇ ਰਹੇ ਹਾਂ 1990 'ਚ ਪਹਿਲੀ ਵਾਰੀ ਕੈਨੇਡਾ ਗਏ ਸੀਗੇ ਫਿਰ ਅਸੀਂ ਅਮਰੀਕਾ ਵੀ ਗਏ ਯੂਕੇ ਇੰਗਲੈਂਡ 'ਚ ਵੀ ਗਏ ICCR ਨੇ ਸਾਨੂੰ ਭੇਜਿਆ ਹੰਗਰੀ ਚੈਕੋਸਲਾਕੀਆ ਪੋਲੈਂਡ ਆਉਂਦੀ ਅਸੀਂ ਪੈਰਿਸ ਵੀ ਹੋ ਕੇ ਆਏ ਮੈਨੂੰ ਔਰ ਸੁਨੀਤਾ ਸਭਰਵਾਲ ਮੇਰੀ ਵਾਈਫ ਨੂੰ ਇੰਡੀਪੈਂਡੈਂਟਲੀ ਇਨਵੀਟੇਸ਼ਨ ਮਿਲਦੇ ਰਹੇ ਆ ਔਰ ਅਸੀਂ ਜਾ ਕੇ ਮਾਂ ਬੋਲੀ ਰਹੀ ਕੁਛ ਨਾ ਕੁਛ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਦੇ ਰਹੇ ਹਾਂ ਸਰ 70 ਸਾਲ ਦਾ ਐਕਸਪੀਰੀਅੰਸ ਤੁਹਾਡਾ ਥੀਏਟਰ ਦਾ ਹੈਗਾ ਸੋ ਕਹਿੰਦੇ ਆ ਕਿ ਥੀਏਟਰ ਜਦੋਂ ਕਰਦੇ ਸੀ ਕਈ ਔਕੜਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੋਣਾ ਕਈ ਵਿੱਚ ਜਿਹੜੇ ਹਰਡਲਸ ਵੀ ਆਉਂਦੇ ਹੋਏ ਹੋਣੇ ਕਿਉਂਕਿ ਜਿਹੜਾ ਹੈਗਾ ਅਕਸਰ ਇਹੀ ਦੇਖਿਆ ਜਾਂਦਾ ਸੀਗਾ ਵੈਦਰ ਦੀ ਆ ਜਾਣਾ ਹੈ ਨਾ ਵੈਦਰ ਜਿਵੇਂ ਅੱਜ ਕੱਲ੍ਹ ਠੰਡ ਬਹੁਤ ਹੈ ਫਿਰ ਵੀ ਤੁਹਾਡਾ ਲਗਾਤਾਰ ਕੰਟੀਨਿਊ ਤੁਸੀਂ ਕੰਮ ਕਰ ਹੀ ਰਹੇ ਹੋ ਥੀਏਟਰ ਦੇ ਉੱਤੇ ਕਿੰਨੇ ਕੁ ਹਰਡਲਸ ਆਉਂਦੇ ਰਹੇ ਜੀ ਦੇਖੋ ਜੀ ਹਰਡਲ ਤਾਂ ਪਹਿਲਾਂ ਇਹ ਹੈ
ਕਿ ਸਾਡੇ ਆਪਣੇ ਦੇ ਵਿੱਚ ਖੌਫ ਪੈਦਾ ਹੋ ਜਾਂਦਾ। ਹੁਣ ਇੰਨੀ ਸਰਦੀ 'ਚ ਅਸੀਂ ਥੀਏਟਰ ਕਰਦੇ ਨਾ, ਸੁਨੀਤਾ ਜੀ ਕਹਿਣ ਲੱਗੇ ਜੀ ਆਹ ਹੁਣ ਤੁਸੀਂ ਜਾ ਕੇ ਫਸਟ ਸੰਡੇ ਕਰਨਾ ਥੀਏਟਰ, ਐਡੀਸ਼ਨ 'ਚ ਕੌਣ ਆਊਗਾ, ਐਡੀਸ਼ਨ 'ਚ ਲੋਕ ਹੀ ਨਹੀਂ ਆਉਂਦੇ। ਮੈਂ ਕਿਹਾ ਲੋਕ ਵੀ ਆਉਣਗੇ, ਅਸੀਂ ਲੋਕਾਂ ਦੀ ਸੇਵਾ ਵਾਸਤੇ ਅਸੀਂ ਆ ਬ੍ਰੈਡ ਪਕੌੜੇ ਅਤੇ ਚਾਹ ਦਾ ਇੰਤਜ਼ਾਮ ਵੀ ਕੀਤਾ ਹੈ। ਮੈਂ ਕਿਹਾ ਸਾਡੇ ਲੋਕ ਆ ਕੇ ਬੈਠਦੇ ਆ, ਦੇਖਦੇ ਆ, ਕਿ ਇਹ ਜੁਦੀ ਗੱਲ ਹੈ ਕਿ ਉਹ ਡਰਾਮਾ ਦੇਖਦੇ ਆ, ਉਹਨਾਂ ਦਾ ਧਿਆਨ ਹੁੰਦਾ ਕਿ ਸਾਨੂੰ ਬ੍ਰੈਡ ਪਕੌੜਾ ਅਤੇ ਚਾਹ ਕਦੋਂ ਮਿਲਣੀ ਹੈ। ਮਗਰ ਹੁਣ ਸਾਨੂੰ ਕਿੰਨੀ ਹੈਰਾਨਗੀ ਗੱਲ ਹੈ ਕਿ ਸਾਨੂੰ ਇਹੋ ਜਿਹਾ ਵੀ ਕੰਮ ਕਰਨਾ ਪੈਂਦਾ ਹੈ ਕਿ ਲੋਕਾਂ ਦੀ ਸਹੂਲਤ ਲਈ, ਲੋਕਾਂ ਦੇ ਚਾਹ ਲਈ ਅਸੀਂ ਇਹ ਵੀ ਇੰਤਜ਼ਾਮ ਕਰਦੇ ਹਾਂ। ਤੋ ਮਗਰ ਇਹ ਹੈ ਵੀ ਸਾਡੇ ਨਿਸ਼ਚੈ ਸਾਨੂੰ ਹੌਸਲਾ ਬੜਾ ਮਿਲਦਾ, ਕਿਉਂਕਿ ਜਿਹੜਾ ਕੰਮ ਹੈ ਬੰਦਿਆਂ ਨੂੰ ਤਾਕਤ ਦਿੰਦਾ, ਇਰਾਦੇ ਨੂੰ ਮਜ਼ਬੂਤ ਰੱਖਦਾ। ਤੋ ਸਾਡਾ ਇਰਾਦਾ ਮਜ਼ਬੂਤ ਹੈ, ਸਾਡੀ ਲਗਨ ਅੱਗੇ ਤੋਂ ਅੱਗੇ ਵੱਧ ਜਾ ਰਹੀ ਹੈ। ਔਰ ਹੁਣ ਸਾਨੂੰ ਜਿਹੜਾ ਤੁਸੀਂ ਆ ਦਵਾਤਾ ਪਦਮ ਸ਼੍ਰੀ ਅਵਾਰਡ, ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ, ਸਾਡਾ ਉਤਸ਼ਾਹ ਹੋਰ ਹੋ ਗਿਆ। ਸੋ ਤੁਹਾਨੂੰ ਲੱਗਦਾ ਥੋੜ੍ਹਾ ਜਿਹਾ ਦੇਰ ਹੋ ਗਈ ਹੈ ਪਦਮ ਸ਼੍ਰੀ ਅਵਾਰਡ ਮਿਲਣ ਨੂੰ, ਪਹਿਲਾਂ ਮਿਲ ਜਾਣਾ ਚਾਹੀਦਾ ਸੀਗਾ? ਜਿਸ ਤਰ੍ਹਾਂ ਦੀ ਸੇਵਾ ਭਾਵ ਦੇ ਨਾਲ ਤੁਸੀਂ 70 ਸਾਲ ਥੀਏਟਰ ਨੂੰ ਦਿੱਤੇ ਨੇ, ਲੱਗਦਾ ਹੈਗਾ ਕਿ ਜਿਹੜਾ ਪਹਿਲਾਂ ਮਿਲਣਾ ਚਾਹੀਦਾ ਸੀਗਾ? ਅਸੀਂ ਕਦੀ ਇਸ ਪਾਸੇ ਸੋਚਿਆ ਇਸ ਕਰਕੇ ਨਹੀਂ ਹੈਗਾ ਕਿਉਂਕਿ ਅਸੀਂ ਅਵਾਰਡਾਂ ਲਈ ਕੰਮ ਨਹੀਂ ਕਰ ਰਹੇ, ਅਸੀਂ ਕੰਮ ਤਾਂ ਆਪਣੇ ਸ਼ੌਕ ਲਈ, ਸੇਵਾ ਲਈ ਕਰ ਰਹੇ ਹਾਂ। ਇਹ ਥੀਏਟਰ ਜਿਹੜਾ ਹੈ ਇਹ ਅਸੀਂ ਰੱਬ ਦਾ ਕੰਮ ਸਮਝ ਕੇ ਕਰ ਰਹੇ ਹਾਂ। ਰੱਬ ਕਹਿੰਦਾ ਤੂੰ ਮੇਰਾ ਕੰਮ ਕਰ ਰਿਹਾ, ਮੈਂ ਤੇਰੇ ਕੰਮ ਕਰੂੰ। ਮੇਰੇ ਦੋ ਹੀ ਬੱਚੇ ਹੈ, ਮੈਂ ਨਹੀਂ ਪਤਾ, ਇੱਕ ਆਰਕੀਟੈਕਟ ਹੈ, ਦੂਜਾ ਹੁਣ ਪੁਲਿਸ ਦੇ ਵਿੱਚ ਵੱਡਾ ਅਫਸਰ ਹੈ, AIG ਹੈ, ਅਸਿਸਟੈਂਟ ਇੰਸਪੈਕਟਰ ਜਨਰਲ ਹੈ। ਤੋ ਸਾਰੇ ਕੰਮ ਸਾਰਾ ਰੱਬ ਕਰੀ ਜਾਂਦਾ, ਅਸੀਂ ਥੀਏਟਰ ਦੇ ਮਗਰ ਲੱਗੇ ਹੋਏ ਹਾਂ। ਸਾਨੂੰ ਤਾਂ ਸਾਡੇ ਲਈ ਤਾਂ ਇਹੀ ਬੜਾ ਵੱਡਾ ਇਨਾਮ ਹੈ ਜਿਹੜਾ ਅਸੀਂ ਰੋਜ਼ ਆ ਕੇ ਕੰਮ ਕਰਦੇ ਹਾਂ, ਇਸ ਤੋਂ ਉੱਪਰ ਹੋਰ ਇਨਾਮ ਕੀ ਹੋਣਾ ਹੈ। ਇਹ ਤਾਂ ਸ਼ੁਕਰ ਹੈ ਕਿ ਤੁਹਾਡੇ ਵਰਗੀਆਂ ਲੋਕਾਂ ਦੀਆਂ ਦੁਆਵਾਂ ਦੇ ਨਾਲ ਭਾਰਤ ਸਰਕਾਰ 'ਚ ਕਿਤੇ ਕਰਨ 'ਚ ਪਿਆ ਹੋਊਗਾ ਅਹਿਸਾਸ ਹੋਇਆ ਕਿ ਯਾਰ ਅਸੀਂ ਇਹਦਾ ਕਰਨਾ। ਪਿੱਛੋਂ ਅੱਗੋਂ ਦਾ ਸਵਾਲ ਨਹੀਂ, ਜੋ ਮਿਲ ਜਾਏ ਉਸੇ 'ਚ ਹੀ ਸਾਨੂੰ ਖੁਸ਼ੀ ਸਬਰ, ਔਰ ਉਹਨਾਂ ਦਾ ਧੰਨਵਾਦ। ਬਸ ਸਾਡਾ ਤਾਂ ਇਹ ਅਸੂਲ ਹੋਇਆ ਜਿਤਨਾ ਕੋਈ ਉਪਕਾਰ ਕਰੇ ਉਤਨਾ ਸੰਗਣ ਵਾਲੇ, ਉਤਨਾ ਜਿਤਨਾ ਕੋਈ ਸੰਗ ਚੱਲੇ ਉਤਨਾ ਹੀ ਉਪਕਾਰ ਸਮਝ ਤੂੰ। ਇਹ ਜਿਹੜਾ ਉਪਕਾਰ ਸਾਡੇ 'ਤੇ ਹੋਇਆ ਅੱਗੜ ਪਿੱਛੜ ਦਾ ਸਾਨੂੰ ਸਵਾਲ ਨਹੀਂ। ਅਸੀਂ ਪਤਾ ਨਹੀਂ ਇਸ ਤੋਂ 4 ਸਾਲ ਪਹਿਲਾਂ ਮਾਰੇ ਜਾਂਦੇ ਤਾਂ ਕੀ ਹੁੰਦਾ, ਹੁਣ ਮਿਲ ਗਿਆ, ਜਿਉਂਦੇ ਜੀ ਤਾਂ ਮਿਲ ਗਿਆ, ਮਰੋ ਪ੍ਰਾਨ ਤਾਂ ਨਹੀਂ ਮਿਲਿਆ ਨਾ, ਗੱਲ ਤਾਂ ਹੈ। ਤਾਂ ਜਿਉਂਦੇ ਜੀ ਇੰਨਾ ਜਿਹੜਾ ਪਿਆਰ ਮਿਲਣਾ ਹੈਗਾ, ਇਹ ਤਾਂ ਹੋਰ ਵੱਡੀ ਕੀ ਗੱਲ ਹੈ। ਤਾਂ ਅਸੀਂ ਧੰਨਵਾਦ ਹੀ ਕਰਦੇ ਹਾਂ ਬਾਈ, ਤੁਹਾਡਾ ਭਾਵਨਾਵਾਂ ਛਲ ਕੇ ਆ ਰਹੀਆਂ ਤੁਹਾਡੇ ਸ਼ਬਦਾਂ ਵਿੱਚ, ਜਿਹੜੀਆਂ ਤੁਹਾਡੀਆਂ ਭਾਵਨਾਵਾਂ ਨੇ। ਇੱਕ ਥੀਏਟਰ ਦੇ ਨਾਲ ਤੁਸੀਂ ਜੁੜੇ ਹੋਏ ਹੋ ਕਿਉਂਕਿ ਰੂਟਸ ਤੋਂ ਤੁਸੀਂ ਜੁੜੇ ਹੋਏ ਹੋ। ਅਕਸਰ ਦੇਖਿਆ ਜਾਂਦਾ ਕਈ ਵਾਰੀ ਪਰਿਵਾਰਕ ਕਈ ਵਾਰੀ ਬੱਚਿਆਂ ਦੀ ਸਾਥ ਮਿਲਦਾ ਰਿਹਾ, ਕਿਉਂਕਿ ਅਕਸਰ ਤੁਸੀਂ ਐਤਵਾਰ ਨੂੰ ਜਾਣਾ, ਐਤਵਾਰ ਨੂੰ ਪਰਿਵਾਰਕ ਬੱਚਿਆਂ ਦਾ ਵੀ ਕੰਮ ਹੁੰਦਾ ਕਿ ਬੱਚਿਆਂ ਨੂੰ ਵੀ ਨਾਲ, ਉਹਨਾਂ ਦਾ ਹੁੰਦਾ ਕਿ ਨਾਲ ਰਹੀਏ ਅਸੀਂ, ਸਾਰਾ ਪਰਿਵਾਰ ਟਾਈਮ ਉਹ ਸਪੈਂਡ ਕਰੇ, ਹੈ ਨਾ, ਕਿਸ ਤਰ੍ਹਾਂ ਦਾ ਰਿਹਾ ਸਾਰਾ? ਦੇਖੋ ਜੀ, ਘਰ ਵਾਲੀ ਤਾਂ ਮੇਰੀ ਹਮੇਸ਼ਾ ਮੇਰੇ ਨਾਲ ਸਾਥ ਰਹਿੰਦੀ ਹੈ, ਪਤਾ ਨਹੀਂ ਮੈਨੂੰ ਸ਼ੱਕ ਰਹਿੰਦਾ ਵੀ ਪਤਾ ਨਹੀਂ ਕਿਸੇ ਹੋਰ ਪਾਸੇ ਨਜ਼ਰ ਨਾਲ ਲੜਾਲਾ ਹੈ, ਇਸ ਕਰਕੇ ਮੇਰੇ ਕੰਮ ਬੜਾ ਕਰਦੀ ਹੈ। ਬੱਚਿਆਂ ਦੇ ਸ਼ਾਬਾਸ਼ ਹੈ, ਉਹਨਾਂ ਨੇ ਮੇਰੀਆਂ ਨੂੰਹ ਰਾਣੀਆਂ, ਮੇਰੇ ਬੇਟਾ, ਤੁਸੀਂ ਹੈਰਾਨ ਹੋ ਗਏ, ਜਿਹੜੇ ਵੱਡੇ ਹੁਣ ਅਫਸਰ ਬਣ ਗਿਆ, ਇਹ ਲਛਮਣ ਬਣਦਾ ਸੀ ਵਿਕਾਸ ਅਗਰਵਾਲ। ਸਭ ਤੋਂ ਪਹਿਲਾਂ ਵਾਈਫ ਨੇ ਰਾਮਾਇਣ ਨਾਟਕ ਪਹਿਲੀ ਵਾਰੀ ਪੰਜਾਬੀ 'ਚ ਨਾਟਕ ਲਿਖਿਆ, ਆਪ ਕੋਈ ਅੱਜ ਤੱਕ ਲਿਖਿਆ ਨਹੀਂ ਸੀ। ਉਹ ਨਾਟਕ ਲਿਖ ਕੇ, ਕਿਉਂਕਿ ਇਹਨੇ ਚਿਲਡਰਨ ਥੀਏਟਰ ਦੀ ਕਨਵੀਨਰ ਰਹੀ ਹੈ, ਉਹ ਨਾਟਕ ਕਰਵਾਇਆ। ਉਹ ਨਾਟਕ ਸਾਡਾ ਬੜੀ ਥਾਂ ਗਿਆ, ਚੰਡੀਗੜ੍ਹ ਸਾਨੂੰ
ਯੂਟੀ ਸਰਕਾਰ ਵੱਲੋਂ ਵੀ ਅਵਾਰਡ ਮਿਲਿਆ ਇਹਨੂੰ ਸੁਨੀਤਾ ਨੂੰ ਨਾਟਕ ਲਿਖਣ 'ਤੇ। ਪੰਜਾਬੀ ਬਾਲ ਰਮਾਇਣ ਉਹਦਾ ਨਾਂ ਰੱਖਿਆ ਸੀ। ਔਰ ਉਹ ਨਾਟਕ ਨੇ ਸਾਨੂੰ ਇੰਨੀ ਭਗਵਾਨ ਦਾ ਆਸ਼ੀਰਵਾਦ ਰਾਮ ਦਾ ਦਵਾਇਆ ਕਿ ਉਹਦੀ ਉਹ ਸਤੀਸ਼ ਵਰਮਾ ਉਹਨੇ ਉਹਨੂੰ ਛਪਵਾਇਆ ਵੀ ਸਾਡੀ ਖਾਤਰ, ਮਗਰ ਪੈ ਕੇ ਉਹ ਛਪ ਵੀ ਗਿਆ। ਵੱਡਾ ਮੇਰਾ ਬੇਟਾ ਸੰਪਨ ਸੱਭਰਵਾਲ ਆਰਕੀਟੈਕਟ ਹੈ, ਉਹ ਰਾਮ ਬਣਦਾ ਸੀ। ਔਰ ਜਿਹੜਾ ਛੋਟਾ ਵਿਕਾਸ ਸੱਭਰਵਾਲ ਪੁਲਿਸ ਆ ਉਹ ਲਛਮਣ ਬਣਦਾ ਸੀ। ਅੱਛਾ, ਮਤਲਬ ਕਿ ਪਰਿਵਾਰਕ ਮੈਂਬਰ ਵੀ ਤੁਸੀਂ ਮਤਲਬ ਕਿ ਗੁੜਤੀ 'ਤੇ ਚੱਲੇ ਗਏ ਅਤੇ ਮਤਲਬ ਕਿ ਹੋਰ ਪਿਛੋਕੜ ਵੀ ਤੁਹਾਡਾ ਥੀਏਟਰ ਨਾਲ ਜੁੜਿਆ ਹੋਇਆ ਸੀਗਾ ਇਸ ਤੋਂ ਪਹਿਲਾਂ, ਤੁਹਾਡੇ ਤੋਂ ਪਹਿਲਾਂ ਕੋਈ ਥੀਏਟਰ ਕਰਦਾ ਸੀ ਪਰਿਵਾਰ 'ਚ? ਨਹੀਂ, ਸਾਡੇ ਪੁੱਜ ਪਿਤਾ ਜੀ ਰਾਮ ਦੇ ਭਗਤ ਸਨ, ਉੱਥੇ ਉਹਨੂੰ ਲਹਿਰ ਚਲਾਈ ਸੀ, ਸ਼੍ਰੀ ਰਾਮ ਸੰਕੀਰਤਨ ਮੰਡਲੀ ਬਣਾਈ ਹੋਈ ਸੀਗੀ। ਤੋ ਚੱਲ ਕੇ 4 ਵਜੇ ਉੱਠ ਕੇ ਰੋਜ਼ ਮੰਦਰਾਂ 'ਚ ਜਾਂਦੇ ਸੀ, ਮੱਥਾ ਟੇਕ ਕੇ ਕੀਰਤਨ 'ਚ ਸ਼ਾਮਿਲ ਹੁੰਦੇ ਸੀ, ਪ੍ਰਭਾਤ ਫੇਰੀ ਹੁੰਦੀ ਸੀ। ਤੋ ਮੇਰੇ ਸੰਸਕਾਰ ਧਾਰਮਿਕ, ਔਰ ਮੈਂ ਤਾਂ ਭਾਰਤ ਭੂਸ਼ਣ ਜੀ 5 ਸਾਲ ਦਾ ਸੀ, ਮੈਨੂੰ ਇੰਨਾ ਕੁ ਯਾਦ ਹੈ ਕਿ ਮੈਨੂੰ ਉਹ ਕੀਰਤਨ 'ਚ ਲੈ ਜਾਣਾ ਉਂਗਲੀ ਫੜ ਕੇ, ਉੱਥੇ ਜਦੋਂ ਰਾਮ ਨਾਮ ਦੀ ਧੁਨੀ ਹੋਣੀ ਨਾ ਕਲਾਈਮੈਕਸ 'ਤੇ ਪਹੁੰਚਣੀ, ਮੈਂ ਉੱਠ ਕੇ ਨੱਚਣ ਲੱਗ ਪੈਂਦਾ ਸੀ ਆਪਣੇ ਆਪ ਹੀ। ਉਹ ਨੱਚਣ ਕਰਕੇ ਲੋਕਾਂ ਨੇ ਹੋਰ ਜ਼ੋਰ ਨਾਲ ਤਾਲੀਆਂ ਵਜਾਉਣੀਆਂ, ਮੈਂ ਹੋਰ ਜ਼ੋਰ ਨਾਲ ਨੱਚਣ ਲੱਗ ਪਿਆ। ਉਹਦੇ ਨਾਲ ਆਡੀਅੰਸ ਔਰ ਆਰਟਿਸਟ ਦਾ ਸੰਬੰਧ ਸ਼ੁਰੂ ਹੋ ਗਿਆ ਉਦੋਂ ਤੋਂ ਹੀ। ਉਦੋਂ ਜਦੋਂ ਮੈਨੂੰ ਸ਼ਾਬਾਸ਼ ਉਤਸ਼ਾਹ ਮਿਲਿਆ, ਉਹ ਮੈਨੂੰ ਇੱਕ ਚੰਗਾ ਸ਼ੌਕ ਦੇ ਨਾਲ ਕੇ ਤੁਰਨ ਵਾਲਾ ਐਕਟਰ ਬਣਾ ਦਿੱਤਾ। 1952 'ਚ ਪ੍ਰਿਥਵੀਰਾਜ ਕਪੂਰ ਨਾਲ ਮੇਰਾ ਸੰਪਰਕ ਹੋ ਗਿਆ, ਜੋ ਇੱਥੇ ਆਪਣੇ ਪ੍ਰਿਥਵੀ ਥੀਏਟਰ ਪੰਜਾਬ 'ਚ ਲੈ ਕੇ ਆਏ ਸੀ। ਮੈਂ ਉਹਨੂੰ ਕਿਹਾ ਮੈਨੂੰ ਤੁਸੀਂ ਆਪਣੇ ਚਰਨਾਂ 'ਚ ਰੱਖੋ, ਮੈਂ ਤੁਹਾਡੇ ਨਾਲ ਬੰਬਈ ਜਾਣਾ। ਕਹਿੰਦਾ ਯਾਰ ਮੈਂ ਕਿਹਨੂੰ ਕਿਹਨੂੰ ਬੰਬੇ ਲੈ ਜਾਊਂਗਾ, ਤੂੰ ਮਾਂ ਬੋਲੀ ਦੀ ਸੇਵਾ ਕਰ, ਪੰਜਾਬੀ 'ਚ ਥੀਏਟਰ ਕਰ ਇੱਥੇ। ਸੋ ਅਸੀਂ ਇੱਥੇ ਜਦ ਵੀ ਰਹੇ ਹਾਂ ਪੰਜਾਬ 'ਚ, ਰੇਡੀਓ ਵਾਲਿਆਂ ਨੇ ਮੈਨੂੰ ਆਪਣੇ ਆਪ ਆਪਣਾ ਆਰਟਿਸਟ ਬਣਾ ਲਿਆ। ਮੈਂ 500 ਡਰਾਮਾ ਕੋਈ ਰੇਡੀਓ ਦਾ ਕੀਤਾ ਹੋਊਗਾ, ਔਰ 5000 ਮੇਰੇ ਵਨ ਮੈਨ, ਮੈਂ ਇਕੱਲਾ ਵੀ ਕਰਦਾ ਸੀਗਾ ਹਿਊਮਰਸ ਸਕਿੱਟਾਂ, ਵਨ ਮੈਨ ਸ਼ੋ ਉਹ, ਔਰ ਨਾਟਕਾਂ ਦੇ ਵਿੱਚ ਪਰਫੋਰਮੈਂਸ, ਟੋਟਲ ਮੇਰਾ ਖਿਆਲ ਹੈ ਮੇਰੇ 17 ਸਾਲਾਂ 'ਚ 5000 ਈਵੈਂਟ ਐਸੇ ਹੋਣਗੇ ਜਿਨ੍ਹਾਂ 'ਚ ਮੈਂ ਵਨ ਮੈਨ ਜਾਂ ਅਸੀਂ ਮੈਂਬਰ ਥੀਏਟਰ ਕਰ ਰਹੇ ਹਾਂ। ਸਾਨੂੰ ਇੱਕ ਸੌਂਗ ਐਂਡ ਡਰਾਮਾ ਡਿਵੀਜ਼ਨ ਬਣ ਗਿਆ ਸੀ ਭਾਰਤ ਸਰਕਾਰ ਦਾ, ਉਹਦਾ ਡਾਇਰੈਕਟਰ ਕਰਨ ਗੁਪਤਾ ਜਲੰਧਰ ਆਇਆ। 52 ਦੀ ਗੱਲ ਹੈ, ਦੇਖੋ ਕਹਿਣ ਲੱਗਾ ਜੀ ਕੋਈ ਸਾਨੂੰ ਬੰਦਾ ਦਿਓ ਜਿਹੜਾ ਸਾਡੇ ਡਰਾਮੇ ਕਰ ਸਕੇ, ਪਬਲਿਸਿਟੀ ਵਾਲੇ ਡਰਾਮੇ, ਬਾਰਡਰ ਏਰੀਏ ਜਾਂਦੇ ਹਾਂ। ਕੋਈ ਤਿਆਰ ਨਾ ਹੋਇਆ ਅਤੇ ਸਵੇਰੇ ਸਟੇਸ਼ਨ ਡਾਇਰੈਕਟਰ ਕਹਿੰਦਾ ਪ੍ਰਾਣ ਸੱਭਰਵਾਲ ਕਰ ਸਕਦਾ। ਅਸੀਂ ਉਹਨਾਂ ਦਿਨਾਂ 'ਚ ਮੁੰਡਿਆਂ ਨੇ ਕੁੜੀਆਂ ਬਣਾ ਕੇ ਡਰਾਮੇ ਕੀਤੇ। 1952 ਦੀ ਗੱਲ ਕਰ ਰਹੇ ਹਾਂ, 47 ਤੋਂ ਬਾਅਦ ਜਦ ਮਤਲਬ ਕਿ ਇੱਕ ਵਾਰੀ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਡਰ ਵੀ ਦਿਖਦਾ ਹੁੰਦਾ ਸੀਗਾ ਸ਼ਾਇਦ, ਉਹਨਾਂ ਨੂੰ ਲੋਕਾਂ ਨੂੰ ਸਮਝਾਉਣ ਦੇ ਲਈ ਕੁਛ ਸਕ੍ਰਿਪਟਡ ਡਰਾਮੇ ਕਰਦੇ ਸੀਗੇ? ਅਸੀਂ ਸਾਨੂੰ ਸਕ੍ਰਿਪਟਡ ਡਰਾਮੇ ਦਿੱਤੇ ਵੀ ਜਾਂਦੇ ਸੀ, ਉਹ ਵੀ ਕਰਦੇ ਸੀ। ਅਸੀਂ ਆਪਣੇ ਸ਼ੌਕ ਨਾਲ ਜਿਹੜੇ ਪੰਜਾਬੀ ਦੇ ਉੱਘੇ ਨਾਟਕਕਾਰ ਜੀ ਐੱਸ ਖੋਸਲਾ, ਹਰਚਰਨ ਸਿੰਘ, ਬਲਵੰਤ ਗਾਰਗੀ, ਇਹਨਾਂ ਦੇ ਨਾਟਕ ਵੀ ਅਸੀਂ ਨਾ ਥਾਂ ਥਾਂ 'ਤੇ ਕਰਦੇ ਸੀਗੇ। ਈਵਨ ਸ਼੍ਰੀਨਗਰ ਵੀ ਅਸੀਂ ਗੈਸ ਯੂਨਿਟ ਲੈ ਕੇ ਆਪਣਾ ਡਰਾਮੇ ਦਾ, ਉਹ 'ਚ ਅਸੀਂ ਇੱਕ ਮੁਰਦੇ ਦਾ ਰਾਸ਼ਨ ਡਰਾਮਾ ਸੀਗਾ, ਇੱਕ ਸੀਗਾ ਗੁਰਦਿਆਲ ਸਿੰਘ ਫੁੱਲ ਦਾ, ਇਹ ਸੀਗਾ ਜੀ ਐੱਸ ਖੋਸਲੇ ਦਾ, ਉੱਥੇ ਕੀਤੇ। ਉੱਥੇ ਅਸੀਂ ਡਰਾਮੇ ਕੀਤੇ ਟੈਗੋਰ ਹਾਲ ਦੇ ਵਿੱਚ ਸ਼੍ਰੀਨਗਰ। ਔਰ ਰੇਡੀਓ ਸਟੇਸ਼ਨ ਦਾ ਇਸ ਕਰਕੇ ਬੜਾ ਵੱਡਾ ਹੱਥ ਹੈ, ਮੇਰਾ ਕੋਈ ਐਡਰੈਸ ਨਹੀਂ ਸੀਗਾ। ਪੰਜਾਬ, ਹਰਿਆਣਾ, ਹਿਮਾਚਲ ਵਾਲੇ ਮੇਰੇ ਨਾਂ ਤੋਂ ਵਾਕਫ ਸੀ, ਅਤੇ ਮੈਨੂੰ ਉਹ ਡਿਸਟ੍ਰਿਕਟ ਲਈ ਫੰਡ ਸ਼ੋਅ ਹੋਣੇ ਆ, ਕੋਈ ਹੋਰ ਸ਼ੋਅ ਹੋਣੇ ਆ, ਉਹਦੇ ਵਿੱਚ
ਸਟੇਸ਼ਨ ਡਾਇਰੈਕਟਰ ਦੇ ਨਾਂ 'ਤੇ ਚਿੱਠੀ ਪਾਉਂਦੇ ਸੀ, ਪੁਰਾਣ ਸਭਰਵਾਲ ਨੂੰ ਭੇਜੋ, ਤਾਂ ਮੈਨੂੰ ਪਾਪੂਲੈਰਿਟੀ ਮਿਲੀ। ਮੇਰਾ ਐਡਰੈਸ ਰੇਡੀਓ ਸਟੇਸ਼ਨ ਹੀ ਹੁੰਦਾ ਸੀਗਾ, ਸੋ ਇਸ ਕਰਕੇ ਬਾਹਰ ਦੇ 'ਚ ਮੈਂ ਪਟਿਆਲੇ ਆ ਗਿਆ। ਇੱਥੇ ਯੂਨੀਵਰਸਿਟੀ ਦੇ ਵਿੱਚ ਡਰਾਮਾ ਡਿਪਾਰਟਮੈਂਟ ਬਣਿਆ 1967 'ਚ, ਮੈਂ ਉੱਥੇ ਡਰਾਮਾ ਪੜ੍ਹਾਉਂਦਾ, ਮੈਂ ਫਾਊਂਡਰ ਹਾਂ ਉਸ ਡਿਪਾਰਟਮੈਂਟ ਦਾ। ਮੇਰੀ ਵਾਈਫ ਸ਼੍ਰੀਨੀਤਾ ਨੇ ਉੱਥੇ ਡਿਪਲੋਮਾ ਕੀਤਾ ਡਰਾਮਾਟਿਕ ਆਰਟਸ ਦਾ, ਮੈਂ ਉਸਤਾਦ ਸੀ, ਸ਼ਾਗਿਰਦ ਸੀ। ਲੋਕ ਕਹਿੰਦੇ ਚੰਗਾ ਉਸਤਾਦ ਨਿਕਲਿਆ, ਸ਼ਾਗਿਰਦ ਨੂੰ ਲੈ ਉੜਿਆ। ਮੈਂ ਕਹਿੰਦਾ ਨਹੀਂ ਭਰਾ, ਮੇਰਾ ਤਾਂ ਵਿਆਹ ਪਹਿਲਾਂ ਦਾ ਹੋਇਆ ਸੀਗਾ। ਸੋ ਅਸੀਂ ਇਹ ਦੇਖੋ, ਸਾਡਾ ਜਿਹੜਾ ਜਾਣਾ ਫਿਲਮ ਦੇ ਤਾਲੁਕ ਦੇ ਨਾਲ ਰਹਿਣਾ, ਅਤੇ ਸ਼ਾਇਦ ਤੁਹਾਨੂੰ ਦੱਸਿਆ ਕਿ ਫਿਲਮਾਂ 'ਚ ਵੀ ਅਵਾਰਡ ਵਿਨਿੰਗ ਫਿਲਮਾਂ 'ਚ ਮੇਰਾ ਕੰਮ ਹੈਗਾ ਹੋਇਆ, ਤੋ ਸਾਨੂੰ ਯੂਨੀਵਰਸਿਟੀ ਨੇ ਬੜਾ ਆਦਰ ਦਿੱਤਾ। ਮੈਨੂੰ ਫੈਲੋਸ਼ਿਪ ਵੀ ਮਿਲੀ, ਡਾਕਟਰ ਜਸਪਾਲ ਸਿੰਘ ਦੇ ਸ਼ਾਬਾਸ਼, ਉਹਨਾਂ ਨੇ ਮੈਨੂੰ ਫੈਲੋਸ਼ਿਪ ਦਿੱਤੀ 3 ਸਾਲ ਦੀ। ਸਰਕਾਰੀ ਮਹਿਕਮੇ 'ਚ ਵੀ ਸੇਵਾਵਾਂ ਨਿਭਾਈਆਂ? ਸਰਕਾਰੀ ਮਹਿਕਮੇ 'ਚ ਮੈਂ ਰਿਟਾਇਰ ਹੋਇਆ ਡਾਇਰੈਕਟਰ ਪਬਲਿਕ ਰਿਲੇਸ਼ਨ ਬਿਜਲੀ ਬੋਰਡ ਤੋਂ। ਹੁਣ ਦੇਖੋ, ਬਿਜਲੀ ਬੋਰਡ ਟੈਕਨੀਕਲ ਅਦਾਰਾ ਹੈ, ਮਗਰ ਮੇਰਾ ਪੈਸ਼ਨ ਸੀਗਾ। ਮੈਂ ਬਤੌਰ ਪਬਲਿਸਿਟੀ ਐਗਜੈਕਟਿਵ ਦੇ, ਮੈਂ ਉੱਥੇ ਸਰਕਾਰ ਨੇ ਮਨਾਇਆ ਬੋਰਡ ਨੂੰ ਕਿ ਭਾਰਤ ਸਰਕਾਰ ਦਾ ਹੁਕਮ ਹੈ ਕਿ ਤੁਸੀਂ 15 ਅਗਸਤ ਅਤੇ 26 ਜਨਵਰੀ ਮਨਾਇਆ ਕਰਨੀ ਹੈ। ਮੈਂ ਨੋਟ ਲਿਖ ਕੇ ਭੇਜਿਆ, ਅਤੇ ਮੈਂ ਕਿਹਾ ਜੀ, ਉਹ ਕਲਚਰਲ ਪ੍ਰੋਗਰਾਮ ਡੀ ਸੀ ਨਾਲ ਵੀ ਸਾਡਾ ਰਾਬਤਾ ਹੋ ਗਿਆ। ਮੈਂ ਕਿਹਾ ਜੀ, ਉਹ ਚਾਹੁੰਦੇ ਆ ਕਿ ਬਿਜਲੀ ਬੋਰਡ 15 ਅਗਸਤ ਔਰ 26 ਜਨਵਰੀ ਨੂੰ ਹਰ ਵਾਰੀ ਸਾਡੇ ਵੱਲੋਂ, ਡਿਸਟ੍ਰਿਕਟ ਵੱਲੋਂ ਡਰਾਮਾ ਕਰਿਆ ਕਰੇ ਬਿਜਲੀ ਬੋਰਡ ਕੋਈ ਨਾ ਕੋਈ। ਉਹਦੇ ਨਾਲ ਕੀ ਹੋਇਆ, ਮੈਨੂੰ 15 ਅਗਸਤ ਔਰ 26 ਜਨਵਰੀ ਨੂੰ ਥੀਏਟਰ ਡਰਾਮੇ ਤਿਆਰ ਕਰਵਾਉਣੇ ਸ਼ੁਰੂ ਹੋ ਗਏ। ਸਰਕਾਰ ਵੱਲੋਂ ਸਾਨੂੰ ਮਿਲਣਾ ਨਹੀਂ ਹੁੰਦਾ, ਬਿਜਲੀ ਬੋਰਡ ਨੇ ਸਾਨੂੰ ਪੈਸੇ ਦੇਣੇ ਸ਼ੁਰੂ ਕੀਤੇ। ਅਸੀਂ ਆਰਟਿਸਟਾਂ ਦੇ ਜੇਬ 'ਚ ਪੈਸੇ ਪਾਉਣੇ। ਆਹੁਣ ਦੇਖੋ, ਗੁਰਦਾਸ ਮਾਨ ਨੂੰ ਪਹਿਲੀ ਵਾਰੀ ਮੈਂ 1980 'ਚ ਪਹਿਲੀ ਵਾਰੀ ਬੰਬੇ ਭੇਜਿਆ। ਉੱਥੇ ਜਿਹੜੀ ਪੰਜਾਬੀ ਕਾਨਫਰੰਸ ਸੀਗੀ, ਉਹ ਵਿਸਾਖੀ ਦਾ ਮੇਲਾ ਕਰਦੀ ਸੀ। ਪ੍ਰਾਣ ਸਭਰਵਾਲ, ਤੁਸੀਂ ਸਾਨੂੰ ਕੋਈ ਸਿੰਗਰ ਦਿਓ। ਮੈਂ ਗੁਰਦਾਸ ਮਾਨ ਵਾਇਆ ਤੁਹਾਡੇ ਕੋਲ। ਗੁਰਦਾਸ ਮਾਨ ਨੂੰ ਮੈਂ ਕਿਹਾ ਵੀ ਤੁਸੀਂ ਆ ਕੇ ਹੁਣ ਬੰਬੇ ਗਾਉਣਾ ਹੈ ਵਿਸਾਖੀ 'ਚ। ਕਹਿੰਦੇ ਮੈਂ ਤਾਂ ਕੁੜੀ ਨਾਲ ਗਾਉਣਾ ਨਹੀਂ। ਉਹ ਮੈਂ ਕਿਹਾ ਕਮਰੇ ਆ, ਉਹਨਾਂ ਨੇ ਮੰਗਿਆ 2 ਗਾਣਾ, ਅੱਗੇ ਰਿਵਾਜ਼ ਸੀ ਕੁੜੀ ਦੇ ਨਾਲ ਗਾਓ, ਅਤੇ ਤੇਰਾ ਇੱਕ ਗਾਣਾ ਇਹਦੇ ਨਾਲ ਹੋਣਾ, ਬਾਕੀ ਤੇਰੀ ਬੱਲੇ ਬੱਲੇ ਹੋਣੀ ਹੈ। ਕਹਿੰਦੇ ਜੀ ਅੱਛਾ, ਮੈਂ ਜਾਣਾ। ਉਹਦੀ ਬੱਲੇ ਬੱਲੇ ਹੋ ਗਈ। ਪਹਿਲਾ ਪ੍ਰੋਗਰਾਮ ਉਹਨੂੰ ਮੈਂ ਭੇਜਿਆ, ਖੰਨੇ ਸੀਗਾ। ਮੈਂ ਕਿਹਾ ਵੀ ਇਹ 150 ਰੁਪਈਆ ਤੇਰੇ ਜੇਬ 'ਚ ਪਾਉਣਾ ਉਹਨਾਂ ਨੇ, ਅਤੇ ਤੂੰ ਜਾਣਾ। ਕਹਿੰਦੇ ਜੋ ਤੁਹਾਡਾ ਹੁਕਮ ਹੈ, ਲੇਕਿਨ ਮੇਰੇ ਤਾਂ ਸਜਿੰਦਿਆਂ ਦਾ ਹੀ ਨਹੀਂ ਕੰਮ ਹੁੰਦਾ। ਕਿੱਥੇ 150, ਕਿੱਥੇ ਹੁਣ 1 ਲੱਖ ਰੁਪਏ ਉਹਨੂੰ ਮਿਲਦੇ ਹੈਗੇ ਆ ਕੁੱਲੂ। ਸੋ ਕਿਹੜੇ ਕਿਹੜੇ ਐਕਟਰ ਨਾਲ ਤੁਸੀਂ ਜਿਹੜਾ ਹੈਗਾ ਕੰਮ ਕਰਨ ਦਾ ਮੌਕਾ ਮਿਲਿਆ ਹੈਗਾ? ਤੁਸੀਂ ਐਕਟਰਾਂ ਦੀ ਗੱਲ ਸੁਣ ਲਓ, ਆਹ ਜਿਹੜੀ ਮਾਂ ਗੁਲਾਬੋ ਬਣਦੀ ਮਾਸੀ, ਕੀ ਨਾਮ, ਨਿਰਮਲ ਰਿਸ਼ੀ, ਉਹਨਾਂ ਦਾ ਵੀ ਪਦਮ ਸ਼੍ਰੀ ਮਿਲਿਆ ਉਹਨਾਂ ਨੂੰ। ਮੈਂ ਤੁਹਾਨੂੰ ਇਹੀ ਦੱਸਦਾ ਕਿ ਉਹਨੂੰ ਵੀ ਮੇਰੇ ਨਾਲ ਪਦਮ ਸ਼੍ਰੀ ਮਿਲਿਆ। ਇਹਦਾ ਜਿਹੜਾ ਡੈਬੂ ਸੀ, ਪਹਿਲੀ ਐਂਟਰੀ ਮੈਂ ਕਰਵਾਈ ਹੈ ਡਰਾਮੇ 'ਚ। ਤੁਸੀਂ ਨੌ ਪੁੱਛਿਆ ਹੁਣ, 1967 'ਚ ਅਸੀਂ ਨਾਟਕ ਕੀਤਾ ਪੈਸਾ ਬੋਲਦਾ ਹੈ। ਇਹ ਫਿਜ਼ੀਕਲ ਕਾਲਜ 'ਚ ਪੜ੍ਹਦੀ ਸੀ, ਅਤੇ ਇਹਦਾ ਪ੍ਰੋਫੈਸਰ ਇੱਕ ਸਾਡਾ ਸਾਥੀ, ਉਹਦਾ ਨਾਂ ਹੁਣ ਮੈਨੂੰ ਯਾਦ ਨਹੀਂ ਆ ਰਿਹਾ, ਹਸਲੇ ਕਮਲ, ਉਹ ਕਹਿੰਦਾ ਸਭਰਵਾਲ ਸਾਹਿਬ ਆ ਇੱਕ ਕੁੜੀ ਹੈ, ਇਹਨੂੰ ਡਰਾਮਿਆਂ 'ਚ ਲਵੋ, ਬੜਾ ਸ਼ੌਕ ਰੱਖਦੀ ਹੈ। ਮੈਂ ਕਿਹਾ ਆ ਜਾਵੇ। ਅਸੀਂ ਇਹਨੂੰ ਡਰਾਮਾ ਕਰਵਾਇਆ 1967 'ਚ। ਇਹਦਾ ਪਹਿਲਾ ਨਾਟਕ ਪ੍ਰਾਣ ਸਭਰਵਾਲ ਨੇ ਦੀ ਡਾਇਰੈਕਸ਼ਨ 'ਚ ਹੋਇਆ। ਮੈਂ ਉਹ 'ਚ, ਮੇਰੀ ਵਾਈਫ ਮੇਰੇ ਨਾਲ ਬਣੀ ਸੀ, ਮੈਂ ਹੀਰੋ ਸੀ ਉਸ ਡਰਾਮੇ ਦਾ। ਮੇਰੀ ਵਾਈਫ ਸੁਨੀਤਾ ਸਭਰਵਾਲ ਸੀ,
ਇੱਕੇ ਵਿੱਚ ਕਿਰਦਾਰ ਕਰ ਰਹੀ ਸੀ ਬੜਾ ਸ਼ਾਨਦਾਰ। ਉਸ ਡਰਾਮੇ ਨੇ ਮੈਨੂੰ ਯੂਨੀਵਰਸਿਟੀ ਪਹੁੰਚਾਇਆ, ਵਾਈਸ ਚਾਂਸਲਰ ਚੀਫ ਗੈਸਟ ਸੀ। ਉਹਨੇ ਇੰਨਾ ਮੁਤਾਸਰ ਹੋਇਆ, ਕਹਿੰਦਾ ਵੀ ਪ੍ਰਾਣ ਸਭ ਰਵਾਲ, ਮੈਂ ਤਾਂ ਡਰਾਮਾ ਡਿਪਾਰਟਮੈਂਟ ਖੋਲ੍ਹਣਾ, ਮੈਂ ਤੈਨੂੰ ਉੱਥੇ ਲੈਣਾ। ਮੈਂ ਉਸੇ 3 ਸਾਲ ਫਿਰ ਡਰਾਮਾ ਪੜ੍ਹਾਇਆ ਵੀ, ਤੁਹਾਨੂੰ ਦੱਸਿਆ। ਸੋ ਇਸ ਕਰਕੇ ਜਸਪਾਲ ਭੱਟੀ ਨੂੰ ਮੈਂ ਇੰਟਰੋਡਿਊਸ ਕੀਤਾ, ਜਿਹੜੇ ਨੈਸ਼ਨਲ ਲੈਵਲ 'ਤੇ ਬਣੇ ਆ। ਗੁਰਦਾਸ ਮਾਨ ਨੂੰ ਤੁਹਾਨੂੰ ਦੱਸਿਆ ਹੀ ਹੈ ਮੈਂ। ਰਾਜ ਬੱਬਰ ਮੇਰੇ ਕੰਮ ਤੋਂ ਮੇਰੇ ਨਾਲ ਰਿਹਾ ਇੱਥੇ ਸਾਡੇ ਕੋਲ। ਮੈਂ ਯੂਨੀਵਰਸਿਟੀ ਦੇ ਵਿੱਚ ਕਹਿੰਦਾ ਜੀ ਮੈਂ ਇੱਥੇ ਡਰਾਮਾ ਸਿੱਖਣਾ ਕਰਨਾ, ਉਹਨਾਂ ਦਿਨਾਂ ਦੀ ਗੱਲਾਂ, ਮੈਂ ਯੂਨੀਵਰਸਿਟੀ 'ਚ ਡਰਾਮਾ ਪੜ੍ਹਾਉਂਦਾ ਸੀ। ਰਾਜ ਬੱਬਰ ਦਾ ਮੇਰੇ ਨਾਲ ਇੰਨਾ ਪਿਆਰ ਰਿਹਾ ਕਿ ਇਹਦੀਆਂ 3 ਫਿਲਮਾਂ 'ਚ ਮੈਨੂੰ ਇਹਨੇ ਨਾਲ ਰੱਖਿਆ, ਔਰ ਹੁਣ ਵੀ ਉਹਦੇ 3 ਫਿਲਮਾਂ ਸੀ ਰਾਜ ਬੱਬਰ ਦੀਆਂ। ਚੰਨ ਪ੍ਰਦੇਸ਼ੀ ਤੁਹਾਨੂੰ ਦੱਸਿਆ, ਮੜੀ ਦਾ ਦੀਵਾ ਵੀ ਸੀਗਾ ਉਹਦਾ, ਅਤੇ ਫਿਰ ਆਹ ਸ਼ਹੀਦ ਊਧਮ ਸਿੰਘ। ਮੈਂ ਇਹ ਲੋਕ ਜਿਹੜੇ ਹੈ, ਓਮਪੁਰੀ ਮੇਰੇ ਪਟਿਆਲੇ ਦਾ, ਮੈਂ ਡਰਾਮਿਆਂ ਦੇ ਵਿੱਚ ਜਦੋਂ ਮੈਂ ਜੱਜ ਹੁੰਦਾ ਸੀ ਅਤੇ ਇਹ ਡਰਾਮੇ ਕਰਦਾ ਸੀ, ਅਸੀਂ ਇਹਨੂੰ ਥਾਪੜਾ ਦਿੱਤਾ ਕਿ ਤੂੰ ਇੱਕ ਦਿਨ ਤੇਰਾ ਨਾਮ ਉੱਚਾ ਹੋਏਗਾ, ਸ਼ਾਬਾਸ਼। ਮੇਰਾ ਬੜਾ ਅਦਬ ਕਰਦਾ ਰਿਹਾ। ਯਾਨੀ ਕਈ ਬੀਤੀ ਜਿਹੜੀ ਆਰਟਿਸਟ ਹੈ, ਹੁਣ ਪ੍ਰੋਫੈਸ਼ਨਲੀ ਹੈ, ਇਹ ਗੋਪਾਲ ਸ਼ਰਮਾ ਕੰਮ ਕਰਦਾ, ਫਿਰ ਸਾਡਾ ਸੀਗਾ, ਮਰ ਗਿਆ ਵਿਚਾਰਾ, ਬੜਾ ਕ੍ਰੀਏਟਿਵ ਡਾਇਰੈਕਟਰ ਪ੍ਰੇਮ ਹਾਂਡਾ, ਇਹ ਕਿਹਦੇ ਕਿਹਦੇ ਜੋ ਹੁਣ ਜਿਹੜੀਆਂ ਸਾਡੀਆਂ ਵਰਕਸ਼ਾਪਾਂ 'ਚੋਂ ਨਿਕਲੇ ਹੋਏ ਆ, ਮੈਂ ਹੈਰਾਨ ਹਾਂ। ਕੋਈ ਚੈਨਲ ਚਲਾ ਰਿਹਾ, ਕੋਈ ਫਿਲਮਾਂ ਚਲਾ ਗਿਆ, ਕੋਈ ਬੰਬੇ ਆ, ਕੋਈ ਇੱਥੇ ਆ, ਕੋਈ ਰੇਡੀਓ 'ਚ ਨੌਕਰ ਹੋ ਗਿਆ। ਅਪੀਲ ਕਰਦੇ ਹੋਏ ਨਜ਼ਰ ਆਏ ਨੇ। ਸੋ ਕਹਿੰਦੇ ਕਿ ਇੱਕ ਹਮੇਸ਼ਾ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਕਾਮਯਾਬੀ ਦੇ ਵਿੱਚ। ਸੁਨੀਤਾ ਸਭਰਵਾਲ ਜੋ ਕਿ ਇਹਨਾਂ ਦੇ ਹਮ ਸਫ਼ਰ ਰਹੇ ਨੇ, ਕਹਿੰਦੇ ਆ ਇਹਨਾਂ ਦੇ ਅੰਡਰ ਇਹ ਕੰਮ ਕਰਿਆ, ਪਰ ਕਹਿੰਦੇ ਆ ਇਹਨਾਂ ਤੋਂ ਕੰਮ ਕਰਿਆ ਵੀ ਹੈ ਅਤੇ ਕਰਵਾਇਆ ਵੀ ਹੈਗਾ। ਸੋ ਸੁਨੀਤਾ ਸਭਰਵਾਲ ਜੋ ਕਿ ਇਹਨਾਂ ਦੇ ਜਿਹੜੇ ਹੈਗੇ ਆ, ਕਹਿੰਦੇ ਆ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਨੇ ਕੰਮ ਕਰਿਆ। ਮੈਮ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਡੇਲੀ ਪੋਸਟ ਪੰਜਾਬੀ ਵੱਲੋਂ। ਹਾਂ, ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ। ਅਤੇ ਅਸੀਂ ਦੋਨੇ, ਸਾਨੂੰ 1960 'ਚ ਸਾਡਾ ਵਿਆਹ ਹੋਇਆ, ਤਾਂ ਉਦੋਂ ਤੋਂ ਸਨ 1969 'ਚ ਮੈਂ ਡਿਪਲੋਮਾ ਕੀਤਾ, ਅਤੇ ਉਦੋਂ ਤੋਂ ਮੈਂ ਥੀਏਟਰ ਕਰਦੀ ਆ ਰਹੀ ਹਾਂ। ਆਪਣੇ ਸਾਰਾ ਜੀਵਨ ਜਿਹੜਾ 60 ਸਾਲ ਤੋਂ ਵੀ ਉੱਪਰ ਥੀਏਟਰ ਨੂੰ ਦਿੱਤੇ ਆ, ਲੇਕਿਨ ਹੁਣ ਸਰੀਰ ਨਾ ਚੱਲਣ ਕਰਕੇ ਮੈਂ ਰੰਗਮੰਚ ਛੱਡ ਕੇ ਕਲਮ ਫੜ ਲਈ ਹੈ। ਕਲਮ ਦੇ ਨਾਲ ਮੈਂ ਆਪਣੀ ਯੋਗਤਾ ਦੱਸ ਰਹੀ ਹਾਂ, ਆਪਣੀ ਕਿਤਾਬ ਛਪਵਾਈ ਹੈ ਕਵਿਤਾਵਾਂ ਦੀ, ਅਤੇ ਮੇਰਾ ਰੁੱਖ ਵਿਹਲਾ ਟਾਈਮ ਜਿਹੜਾ ਤਾਂ ਹੁੰਦਾ ਮੈਂ ਕਵਿਤਾ ਲਿਖਦੀ ਹਾਂ ਔਰ ਆਪਣੇ ਵਿਚਾਰ ਪ੍ਰਗਟ ਕਰਦੀ ਹਾਂ। ਰੰਗਮੰਚ ਮੇਰੇ ਲਈ ਇੱਕ ਪੂਜਾ ਦਾ ਸਮਾਨ ਹੈ, ਪਰਮਾਤਮਾ ਨੇ ਮੈਨੂੰ ਬੜੀ ਬਖਸ਼ਿਸ਼ ਦਿੱਤੀ ਹੈ। ਮੈਂ ਜਿਹੜੇ ਬੱਚੇ ਹੁੰਦੇ ਕੂੜਾ ਕਰਕਟ ਚੁੱਕਦੇ, ਉਹਨਾਂ ਤੱਕ ਨੂੰ ਵੀ ਸਿਖਾਇਆ ਥੀਏਟਰ ਕਰਨਾ। ਅਸੀਂ ਜਿਹੜੇ ਬੋਲ ਵੀ ਨਹੀਂ ਸਕਦੇ, ਯਾਦ ਤਾਂ ਉਹਨਾਂ ਨੇ ਕੀ ਕਰਨਾ, ਪੜ੍ਹ ਲਿਖ ਨਹੀਂ ਸਕਦੇ ਸੀਗੇ ਸਲਾਮ ਏਰੀਏ ਦੇ ਬੱਚੇ, ਉਹਨਾਂ ਕੋਲੋਂ ਡਰਾਮਾ ਕਰਾਇਆ ਔਰ ਸ਼ਿਮਲਾ ਲੈ ਕੇ ਗਏ, ਹੈਦਰਾਬਾਦ ਲੈ ਕੇ ਗਏ ਉਹਨਾਂ ਨੂੰ ਅਸੀਂ। ਅਨਾਥਾਲਿਆਂ ਦੇ ਬੱਚਿਆਂ ਨੂੰ ਵੀ ਮੈਂ ਕਰਵਾਇਆ ਨਾਟਕ, ਅਤੇ ਬੱਚਿਆਂ ਨੂੰ ਹੱਸਣਾ ਤੱਕ ਨਹੀਂ ਸੀ ਆਉਂਦਾ, ਬੱਚਿਆਂ ਨੂੰ ਮੈਂ ਹੱਸਣਾ ਸਿਖਾਇਆ, ਬੱਚਿਆਂ ਨਾਲ ਥੀਏਟਰ ਕੀਤਾ ਔਰ ਪੰਜਾਬੀ ਬਾਲ ਰਮਾਇਣ 2.5 ਘੰਟੇ ਦੀ ਮੈਨੇ ਲਿਖੀ, ਔਰ ਮੇਰੇ ਕੋਲ 40 ਬੱਚੇ ਸੀਗੇ ਜਿਨ੍ਹਾਂ ਨੂੰ ਮੈਂ ਉਹ ਰਮਾਇਣ ਕਰਵਾਈ, ਔਰ ਗੌਰਮੈਂਟ ਨੇ ਸਾਨੂੰ ਅਲੱਗ ਅਲੱਗ ਜਗ੍ਹਾ 'ਤੇ ਕਰਵਾਈ। ਉਸ ਲਈ ਮੈਨੂੰ UT ਨੇ 5,000 ਰੁਪਏ ਦਾ ਸਾਨੂੰ ਅਵਾਰਡ ਦਿੱਤਾ ਦੋਨਾਂ ਨੂੰ, ਵੀ ਤੁਹਾਡੀ ਰਮਾਇਣ ਜਿਹੜੀ ਹੈ ਬਹੁਤ ਅੱਛੀ ਹੈ, ਅਸੀਂ ਚੰਡੀਗੜ੍ਹ
ਟੈਗੋਰ ਥੀਏਟਰ 'ਚ ਵੀ ਕੀਤੀ। ਇਹ ਜਿਹੜਾ ਮਾਣ ਹੈ ਸਾਨੂੰ ਸਰਕਾਰਾਂ ਦੇ ਰਹੀਆਂ, ਨਾਲ ਨਾਲ ਸਾਨੂੰ ਬੜੀਆ ਇਹਦੇ ਨਾਲ ਉਤਸ਼ਾਹ ਮਿਲ ਰਿਹਾ ਹੈਗਾ। ਔਰ ਅਸੀਂ ਅਲੱਗ ਅਲੱਗ ਜਗ੍ਹਾ 'ਤੇ ਕੰਮ ਕਰ ਰਹੇ ਹਾਂ। ਪਿੰਡਾਂ 'ਚ ਅਸੀਂ ਬੜੇ ਸ਼ੋਅ ਕੀਤੇ, 250 ਸ਼ੋਅ ਕੀਤਾ। ਸਤੀਸ਼ ਵਰਮੇ ਦੀ ਨਾਟਕ ਸੀਗਾ ਦਾਇਰੇ ਦੇ, ਅਸੀਂ 250 ਸ਼ੋਅ ਕੀਤਾ। ਤੁਸੀਂ ਦੇਖੋ ਪਿੰਡਾਂ 'ਚ ਹਰ ਰੋਜ਼ 2 ਸ਼ੋਅ 3 ਸ਼ੋਅ ਕਰਦੇ ਸੀਗੇ। ਔਰ ਇਸ ਤੋਂ ਬਾਅਦ ਅਸੀਂ ਕੀਤਾ ਇੱਕ ਹੋਰ ਨਾਟਕ ਸੀ ਆਸ਼ਾ ਵਰਮਾ ਦਿੱਲੀ ਦੀ, ਆਤਮ ਹੱਤਿਆ ਦੀ ਦੁਕਾਨ, ਉਹਦੇ ਅਸੀਂ 150-250 ਸ਼ੋਅ ਕੀਤੇ। ਹੁਣ ਕਿਸ ਤਰ੍ਹਾਂ ਲੱਗ ਰਿਹਾ ਹੈਗਾ, ਪਦਮ ਸ਼੍ਰੀ ਅਵਾਰਡ ਮਿਲਿਆ ਹੈਗਾ ਸਰ ਨੂੰ, ਵਿੱਚ ਯੋਗਦਾਨ ਵੀ ਤੁਹਾਡਾ ਹੈਗਾ, ਸੋ ਕਿਸ ਤਰ੍ਹਾਂ ਦੇਖਦੇ ਹਾਂ ਕਿ ਇਹ ਪਦਮ ਸ਼੍ਰੀ ਅਵਾਰਡ ਮਿਲਣਾ ਦੇਰ ਆਏ ਦਰੁਸਤ ਆਏ, ਚਲੋ ਕਹਾਵਤ ਤਾਂ ਜ਼ਰੂਰ ਹੈਗੀ ਆ। ਤੁਹਾਨੂੰ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ 60 ਸਾਲ ਤੋਂ ਵੱਧ ਵਖਵਾ ਹੋ ਗਿਆ ਹੈਗਾ, ਤੁਸੀਂ ਦੋਨੋਂ ਇੱਕ ਜੋੜੀ ਜਿਹੜੀ ਹੈਗੀ ਆ ਉਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋ, ਕੀ ਕਹਿੰਦੇ? ਤੁਹਾਨੂੰ ਜਿਹੜਾ ਅਵਾਰਡ ਮਿਲਿਆ ਹੈਗਾ, ਤੁਸੀਂ ਲੋਕਾਂ ਦੀ ਸੇਵਾ 'ਚ ਹਾਜ਼ਰ ਹੋ, ਸੋ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਕਿੱਦਾਂ ਮਹਿਸੂਸ ਅਵਾਰਡ ਦੇ ਮਿਲਣ 'ਤੇ ਸਾਨੂੰ ਕਿੱਦਾਂ ਮਹਿਸੂਸ ਹੋ ਰਿਹਾ, ਕਿੱਦਾਂ ਲੱਗਦਾ? ਦੇਖੋ ਜੀ, ਜਿਹੜਾ ਅਵਾਰਡ ਮਿਲਿਆ ਇਹ ਇਹਨਾਂ ਨੂੰ ਮਿਲਿਆ, ਸਮਝੋ ਮੈਨੂੰ ਵੀ ਮਿਲਿਆ, ਮੈਨੂੰ ਬੜੀ ਖੁਸ਼ੀ ਹੋਈ ਹੈ। ਕਿਉਂਕਿ ਇਹਨਾਂ ਨੇ ਆਪਣੇ ਸਰੀਰ ਨੂੰ ਨਾ ਦੇਖਦੇ ਹੋਏ ਵੀ ਉਹ ਕੰਮ ਕੀਤਾ, ਬਹੁਤ ਕੰਮ ਕੀਤਾ ਹੈਗਾ। ਰਾਤ ਦਿਨ ਲੱਗੇ ਰਹਿੰਦੇ ਹੈ, ਨਾਟਕ ਵੀ ਲਿਖਦੇ ਵੀ ਹੈ, ਔਰ ਇਹਨਾਂ ਨੇ ਕਰਵਾਇਆ ਬੱਚਿਆਂ ਨੂੰ ਕਦੀ ਵਰਕਸ਼ਾਪ, ਜਿਹੜਾ ਇਹਨਾਂ ਮੇਰਾ ਤਾਂ ਪਿੱਛੇ ਉਤਸ਼ਾਹ ਹੁੰਦਾ ਆ ਕਰ ਲਓ ਜੀ, ਕਰਦੇ ਇਹ ਹੈ, ਕਰਵਾਉਂਦੇ ਇਹ ਹੈ। ਅਸੀਂ ਵਰਕਸ਼ਾਪਾਂ ਲਵਾਈਆਂ, ਮੈਂ ਪੂਰਾ ਸਾਥ ਦਿੱਤਾ ਇਹਨਾਂ ਦਾ, ਡਰਾਮਾ ਕੀਤਾ ਪਿੰਡਾਂ 'ਚ, ਮੈਂ ਰੋਲ ਵੀ ਕੀਤਾ, ਮੈਂ ਬੱਚਿਆਂ ਨੂੰ ਵੀ ਸੰਭਾਲਿਆ, ਅੰਗੇਜ ਅਰੇਂਜਮੈਂਟ ਸਾਰੇ ਕੀਤੇ ਨਾਲ ਨਾਲ ਇਹਨਾਂ ਦੇ ਨਾਲ ਨਾਲ, ਪੂਰਾ ਇੱਕ ਦੀਵਾਰ ਬਣ ਕੇ ਖੜੀ ਹੋ ਕੇ ਇੱਕ ਹੌਸਲਾ ਦਿੰਦੀ ਰਹੀ ਇਹਨਾਂ ਨੂੰ ਅਤੇ ਤੁਸੀਂ ਆਹ ਕਰੋ ਔਰ ਪੂਰਾ ਸਲਾਹ ਦੇ ਨਾਲ ਅਸੀਂ ਦੋਨੇ ਜਿਹੜੇ ਆਪਸ ਵਿੱਚ ਹੀ ਕੰਮ ਕਰਦੇ ਰਹੇ ਹਾਂ। ਔਰ ਸਭ ਬੱਚਿਆਂ ਨੂੰ ਮੈਂ ਥੀਏਟਰ ਬਹੁਤ ਕਰਵਾਇਆ ਹੈਗਾ। ਬਿਲਕੁਲ, ਕਹਿੰਦੇ ਬੱਚਿਆਂ ਨੂੰ ਵੀ ਬਹੁਤ ਥੀਏਟਰ ਕਰਾਇਆ ਹੈਗਾ, ਸਲਮ ਏਰੀਆ ਦੇ ਵਿੱਚ ਜਾ ਜਾ ਕੇ ਥੀਏਟਰ ਦੀਆਂ ਜਿਹੜੀਆਂ ਬੱਚਿਆਂ ਨੂੰ ਕਲਾਸਾਂ ਦੇ ਦੇ ਕੇ ਜਿਹੜਾ ਹੈਗਾ ਡਰਾਮਾ ਉਹਨਾਂ ਨੂੰ ਸਿਖਾਇਆ ਹੈਗਾ। ਸੋ ਇਹ ਉਹੀ ਜੋੜੀ ਹੈਗੀ ਆ ਪ੍ਰਾਂਤ ਸੱਭਰਵਾਲ ਸਾਹਿਬ, ਜਿਹੜੀ ਕਿ 94 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਪਦਮ ਸ਼੍ਰੀ ਅਵਾਰਡ ਦੇ ਨਾਲ ਨਵਾਜ਼ਿਆ ਜਾਣਾ ਹੈਗਾ। ਸੋ ਡੇਲੀ ਪੋਸਟ ਪੰਜਾਬੀ ਦੀ ਟੀਮ ਦੇ ਨਾਲ ਇਹਨਾਂ ਨੇ ਜਿਹੜਾ ਹੈਗਾ ਆਪਣੀ ਹੱਡ ਬੀਤੀ, ਜਿਹੜਾ ਆਪਣਾ ਐਕਸਪੀਰੀਅੰਸ ਹੈ ਉਹ ਸਾਰਾ ਸ਼ੇਅਰ ਕੀਤਾ ਹੈਗਾ। ਸੋ ਹੋਰ ਵੀ ਅਪਡੇਟ ਦੇ ਲਈ ਬਣੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ, ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਭੂਸ਼ਣ ਦੀ ਵਿਸ਼ੇਸ਼ ਰਿਪੋਰਟ।